ਸ਼ਹੀਦ ਅਮਰ ਸ਼ਹੀਦ ਹੈ ਬੈਠੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਾਰਾਜ
सरकार, बदला वाली सरकार, तत्व सब श्री गुरु गोबिंद सिंह जी महाराज जीओ, पिताजीओ, ये जरा तुसी फतेह दा मारा, सब पंथ सब कौम बख्शिश कीता है, फतेह कलौनी जो मिलते हैं मैडम लगे फतेह कलौनी लाजमी है जरूरी है हर सिख नूं जरूरी है महाराज जी ने हां बादशाह
ਅਸੀਂ ਮਹਾਨ ਤਪੱਸਵੀ ਬ੍ਰਹਮਚਾਰੀ ਦੇ ਸੰਤ ਬਾਬਾ ਦਰਬਾਰ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਕੇ ਰਹੇ ਹਾਂ। ਉਹ ਬਾਬਾ ਦਰਬਾਰ ਸਿੰਘ ਜੀ ਦੀ ਖਾਲਸਾ ਜੀ ਇਸੇ ਬਾਗ ਦੇ ਫੁੱਲ ਸਨ। ਅੱਜ ਖਾਲਸਾ ਜੀ ਬਹੁਤ ਲੰਬਾ ਇਤਿਹਾਸ ਹੈ, ਬਹੁਤ ਜਵਾਨਾਂ ਦੇ ਵਿੱਚ ਇਸਦੇ ਉਹਦੇ ਬਾਰੇ ਵਿਚਾਰ ਕਰਾਂਗੇ। ਖਾਲਸਾ ਜੀ ਇਹ ਮੇਰੇ ਸਿੱਖ
ਇਹਦੇ ਸਿੰਘ ਇਹਦੇ ਖਾਲਸੇ ਕਹਿੰਦਾ ਇਹਨਾਂ ਦਾ ਪਹਿਲਾ ਗੁਰੂ ਹੋਇਆ ਪਹਿਲਾ ਪੀਰ ਹੋਇਆ ਨਾਨਕ ਉਸਨੂੰ ਨਾਨਕ ਕਹਿੰਦੇ ਨੇ ਦਸ ਗੁਰੂ ਹੋਏ ਨੇ ਇਹਨਾਂ ਦੇ ਤੇ ਦਸਵਾਂ ਪੀਰ ਜਿਹੜਾ ਉਹ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਿਆ ਉਸਨੇ ਆਪਣੇ ਸੱਤ ਤੇ ਨੌ ਸਾਲ ਦੇ ਬੱਚੇ ਉਹ ਵੀ ਸ਼ਹੀਦ ਕਰਵਾ ਲਿਆ ਚਾਰ ਲਾਲ ਸ਼ਹੀਦ ਕਰਵਾ ਲਿਆ ਔਰ ਉਸਨੇ ਆਪਣੀ ਮਾਤਾ ਸ਼ਹੀਦ ਕਰਵਾ ਲਈ ਆਪਣੇ ਪਿਤਾ ਸ਼ਹੀਦ ਆਪਣਾ ਪਿਤਾ ਸ਼ਹੀਦ ਕਰਵਾ ਲਿਆ ਮਾਮੇ ਦੇ ਪੁੱਤ ਭੂਆ ਦੇ ਪੁੱਤ ਸਭਾ ਸਵਾਰ ਦਿੱਤਾ ਤੇ ਕਹਿੰਦਾ ਉਸ ਤੋਂ ਬਾਅਦ ਇਹਨਾਂ ਨੂੰ ਕਹਿੰਦਾ ਬਹੁਤ ਮਾਰਿਆ ਲਤਾੜਿਆ ਵੱਢਿਆ ਟੁੱਟਿਆ ਇਹਨਾਂ ਦੀਆਂ ਖੋਪੜੀਆਂ ਲਾਹ ਲਈਆਂ ਇਹਨਾਂ ਦਾ ਪੱਤ ਪੱਤ ਕੱਟ ਦਿੱਤਾ ਪਰ ਕਹਿੰਦਾ ਇਹ ਕਾਬੂ ਨਹੀਂ ਹੋਏ ਕਹਿੰਦਾ ਇਹਨਾਂ ਦੀ ਸ਼ਕਤੀ ਕਹਿੰਦਾ ਇਹਨਾਂ ਦੀ ਸ਼ਕਤੀ ਦਾ ਜਿਹੜਾ ਮੁੱਖ ਸਰੋਤ ਹੈ ਉਹ ਹੈਗਾ ਅੰਮ੍ਰਿਤਸਰ ਦਰਬਾਰ ਸਾਹਿਬ ਜਿਹੜਾ ਕਹਿੰਦਾ ਉੱਥੇ ਇੱਕ ਸਮੁੰਦਰ ਹੈ ਸਮੁੰਦਰ ਉੱਥੇ ਇੱਕ ਸਰੋਵਰ ਹੈ ਮਾਫ਼ ਕਰਨਾ ਕਹਿੰਦਾ ਉੱਥੇ ਸਰੋਵਰ ਬਣਿਆ ਹੋਇਆ ਜਿਹੜਾ ਉਸ ਸਰੋਵਰ ਦੇ ਵਿੱਚ ਡੁੱਬਾ ਲਈ ਤਾਂ ਮੁੜ ਕੇ ਸਾਡੇ ਕਾਬੂ ਨਹੀਂ ਆਇਆ ਤੇ ਕਹਿੰਦਾ ਇਹਨਾਂ ਦੇ ਵਿੱਚ ਹੋਰ ਸ਼ਕਤੀ ਕਹਿੰਦਾ ਇੱਕ ਲੋਹੇ ਦਾ ਲੈਂਦੇ ਨੇ ਬਾਟਾ ਲੋਹੇ ਦਾ ਹੀ ਮਾਇਆ ਖੰਡਾ ਉਹਦੇ ਵਿੱਚ ਕਹਿੰਦਾ ਪਤਾਸੇ ਪਾ ਕੇ ਖੰਡਾ ਫੇਰਦੇ ਤੇ ਕੋਈ ਐਸਾ ਮੰਤਰ ਪੜ੍ਹ ਦੇ ਜਿਹੜਾ ਕਹਿੰਦਾ ਉਸ ਉਹਨੂੰ ਫਿਰ ਕਹਿੰਦਾ ਆਪੇ ਹੀ ਯਾਦ ਨਹੀਂ ਤੇ ਜਿਹੜਾ ਉਹਦੇ ਵਿੱਚੋਂ ਪੰਜ ਘੁੱਟ ਭਰ ਲੈਂਦਾ ਮੁੜ ਕੇ ਕਹਿੰਦਾ ਸਾਡੇ ਕਾਬੂ ਨਹੀਂ ਆਉਂਦਾ ਸ਼ਕਾ ਹੀ ਸ਼ਰੀਰ ਤੇ ਕਹਿੰਦਾ ਹੋਰ ਸੰਭਾਲ ਨਾਲ ਕਹਿੰਦਾ ਆਪਣੇ ਆਪ ਨੂੰ ਕਹਿੰਦੇ ਨੇ ਗੁਰੂ ਕੇ ਖਾਲਸੇ ਗੁਰੂ ਕੇ ਸਿੰਘ ਤੇ ਕਹਿੰਦਾ ਸਾਨੂੰ ਕਹਿੰਦਾ ਸਾਨੂੰ ਕਹਿੰਦੇ ਦਬੜੇ ਕਸੂਰ 83 ਦਾ ਖਾਜਾ ਇਕੱਠਾ ਕੀਤਾ ਇਹਦੇ ਪੱਲੇ ਕੀ ਹੈ ਕਹਿੰਦਾ ਰਹਿੰਦੇ ਕਿੱਥੇ ਨੇ ਕਹਿੰਦਾ ਜੰਗਲਾਂ ਵਿੱਚ ਕਹਿੰਦਾ ਖਾਂਦੇ ਪੀਂਦੇ ਕੀ ਨੇ ਕਹਿੰਦਾ ਦਰਖਤਾਂ ਦੇ ਪੱਤੇ ਫਲ ਫੁੱਲ ਸਬਜ਼ੀਆਂ ਗਾਜਰਾਂ ਮੂਲੀਆਂ ਬਸ ਕਹਿੰਦਾ ਇਹੋ ਇਹਨਾਂ ਦਾ ਖਾਜਾ ਹੈ ਕਹਿੰਦਾ ਸੌਦੇ ਕੀ ਨੇ ਕਹਿੰਦਾ ਘੋੜੇ ਦੀਆਂ ਕਾਠੀਆਂ ਤੇ ਮਾਦਰ ਸ਼ਾਹ ਕਹਿੰਦਾ ਜ਼ਕਰੀਆ ਖਾਨ ਵਾਕਿਆ ਹੀ ਜੇ ਇਹ ਗੱਲ ਨਹੀਂ ਹੋਈ ਹੈ ਨਾ ਤੇ ਮੇਰੀ ਗੱਲ ਯਾਦ ਰੱਖੀ ਇੱਕ ਦਿਨ ਤੇਰਾ ਤਖਤ ਛੀਨ ਲੈਣਗੇ ਤੇਰੇ ਤਖਤ ਦੇ ਉੱਤੇ ਰਾਜ ਕਰਨਗੇ ਮੇਰੀ ਗੱਲ ਯਾਦ ਰੱਖੀ ਜ਼ਕਰੀਆ ਖਾਨ ਮਾਦਰ ਸ਼ਾਹ ਇੰਨੀ ਗੱਲ ਕਹਿ ਕੇ ਤੁਰ ਗਿਆ ਵੀ ਹੁਣ ਜ਼ਕਰੀਆ ਨੂੰ ਲਾਗੀ ਸੰਧੀ ਕੱਪੜੀ ਅੱਗ ਇਹਨੂੰ ਰਾਤਾਂ ਦੀ ਇਹਦੀ ਮੀਤ ਹਰਾਮ ਹੋ ਗਈ ਦਿਨ ਦਾ ਚੇਲ ਹਰਾਮ ਹੋ ਗਿਆ ਇਸਨੇ ਸਜਣਾ ਆਪਣੇ ਮਿਕਦਾ ਆਪਣੇ ਮੁਲਕ ਨੇ ਸੰਤਾਂ ਦੀਆਂ ਮੀਲੀਆਂ ਸੱਜ ਕੇ ਕਹਿੰਦਾ ਇਹਨਾਂ ਸਿੰਘਾਂ ਨੂੰ ਇਹਨਾਂ ਸਿੱਖਾਂ ਨੂੰ ਜਿੱਥੇ ਦੱਸਦਾ ਇਹਨਾਂ ਨੂੰ ਮਾਰ ਦਿਓ ਵੱਢ ਦਿਓ ਟੁੱਕ ਦਿਓ ਜਿਹੜਾ ਇਹਨਾਂ ਨੂੰ ਮਾਰੇਗਾ ਜਿਹੜਾ ਇਹਨਾਂ ਦਾ ਸਿਰ ਲਿਆਵੇਗਾ ਉਸਨੂੰ 80 ਰੁਪਏ ਦੇ ਨਾਮ ਜਿਹੜਾ ਜੁੱਤਾ ਫੜ ਕੇ ਲਿਆਵੇਗਾ ਉਹਨੂੰ 50 ਰੁਪਏ ਦੇ ਨਾਮ ਜਿਹੜਾ ਸਿਰ ਬੰਨ ਕੇ ਲਿਆਵੇਗਾ ਉਸਨੂੰ 10 ਰੁਪਏ ਦੇ ਨਾਮ ਇਹਨਾਂ ਸਿੰਘਾਂ ਦੇ ਸਿਰਾਂ ਦੇ ਜਿਵੇਂ ਮੁੱਲ ਪਾਏ ਸਿੰਘਾਂ ਦੇ ਉੱਤੇ ਸਾਜੀ ਕੀਤੀ Thank you.
Thank you.